विधानसभा हलका अमृतसर पूर्वी तो श्रोमणी अकाली दल बादल अते बीएसपी दे सांझे उम्मीदवार साबका मंत्री अते विधायक बिक्रम सिंह मजीठिया ने वेरका दा दौरा करके लोगों नाल मुलाकात की अते घर घर जाके उन्हां चोन प्रचार किया। उन्हां लोगों नूं श्रोमणी अकाली दल बादल दीआं नीतियां तो जागरूक किया। उन्हां आख्या कि पंजाब दी कांग्रेस सरकार पिछले 5 साल हर फ्रंट ते फेल साबित होई है अते इस वार पंजाब च श्रोमणी अकाली दल बादल अते बहुजन समाज पार्टी गठजोड़ दी सरकार वड्डे बहुमत नाल बनेगी। उन्हां लोगों नूं अपील की कि हलका पूर्वी दे विकास ले लोग उन्हां नूं वोट देन। ਵੱਡਾ ਰਿਸਪੌਂਸ ਤੇ ਹਲਾਰਾ ਲੋਕਾਂ ਦੇ ਪਿਆਰ ਤੁਸੀਂ ਲਾਈ ਸਕਦੇ ਹੋ। ਹਿਸਾਬ ਕੀ ਬਣਿਆ ਪਿਆ, ਹਾੜੀ ਆ ਗਿਆ, ਸਿੱਧੂ ਨੇ ਤਾਂ ਉੱਡ ਜਾਣਾ, ਲੋਕਾਂ ਨੇ ਹਟਾ ਦੇਣਾ ਸਿੱਧੂ। 144 ਦੇ ਜਿਹੜਾ ਹੰਕਾਰ ਹੈ ਨਾ ਲੋਕਾਂ ਨੇ ਭੰਨ ਦੇਣਾ, ਮਗਰ ਸਾਡਾ ਮੁੱਖ ਮਕਸਦ ਲੋਕਾਂ ਦਾ ਡਿਵੈਲਪਮੈਂਟ ਕਰਾਉਣੀ, ਲੋਕਾਂ ਦੇ ਕੱਟੇ ਹੋਏ ਰਾਸ਼ਨ ਕਾਰਡ ਉਹਨਾਂ ਤੱਕ ਪਹੁੰਚਾਉਣੇ, ਨੌਕਰੀ ਦਾ ਮੁੱਦਾ, ਬਿਜਲੀ ਦੇ ਬਿੱਲ ਘਟਾਉਣੇ, ਪੈਨਸ਼ਨ, ਸ਼ਗਨ, ਇਹ ਸਾਰੇ ਮੁੱਦੇ ਲੋਕਾਂ ਦੇ ਭਲਾਈ ਦੇ ਮੁੱਦੇ ਤੇ ਡਿਵੈਲਪਮੈਂਟ ਦੇ ਮੁੱਦੇ ਮੇਰੇ ਮੁੱਖ ਏਜੰਡਾ ਰਹਿਣਗੇ। ਉਹਦੀ ਕਹਾਣੀ ਤਾਂ ਮੁੱਕੀ ਪਈ ਹੈ। ਹਰ ਭਾਈਚਾਰੇ ਦਾ ਔਰ ਖਾਸ ਤੌਰ ਤੇ ਭਾਵੇਂ ਵਾਲਮੀਕ ਭਾਈਚਾਰਾ ਹੈ, ਭਾਵੇਂ ਬ੍ਰਾਹਮਣ ਸਮਾਜ ਹੈ, ਹਰ ਵਰਗ ਦਾ, SC ਵਰਗ ਦਾ, ਜਨਰਲ ਵਰਗ ਦਾ, ਪ੍ਰਜਾਪਤ ਭਾਈਚਾਰਾ ਹੋ ਗਿਆ, BC ਭਾਈਚਾਰਾ ਹੋ ਗਿਆ, ਹਰ ਵਰਗ ਦਾ ਬਹੁਤ ਵੱਡਾ ਸਮਰਥਨ ਮਿਲ ਰਿਹਾ।